श्री मुक्तसर साहब विखे मेला माघी नूं संबंधित हर वार लगन वाले पशु मंडी दे नाल इस वार घोड़ा पालकां वलों विशेष पंजाब घोड़ा मेले का आयोजन किया गया। घोड़ा पालकां वलों अपने पद्धर ते बनाई गई कमेटी की अगवाई विच घोड़ियां दे वख-वख मुकाबले करवाए जा रहे हैं। वख-वख उम्र के घोड़ियां ते विशेरियां दे मुकाबले दौरान पंजाब अते गुआंढी सूबियां तों भी घोड़ा पालक हिस्सा लै रहे हैं। पहला माघी मेले ते विशाल पशुधन मेले का आयोजन किया जाता रहा है, पर बीते करीब 6 साल तो यह मेला श्री मुक्तसर साहब विखे नहीं लगाया जा रहा, जबकि माघी ते रवायती पशु मंडी उस तरह जारी सी। इस बार इस पशु मंडी के नेड़े ही ग्राउंड विच पंजाब पद्धरी घोड़े मेले का प्रबंध किया गया। 10 तो 12 जनवरी तक चलने वाले इस मेले दौरान घोड़िया विशेरिया विशेरिया के वख-वख मुकाबले करवाए जाएंगे। ਬਈ ਕੀ ਕਹੋਗੇ, ਕਾਫੀ ਲੰਬਾ ਸਮਾਂ ਪਹਿਲਾਂ ਵੀ ਸ਼ੋਅ ਹੁੰਦਾ ਰਿਹਾ, ਬੰਦ ਹੋ ਗਿਆ ਸੀ, ਹੁਣ ਕਿਵੇਂ ਵੇਖਦੇ ਹੈਗੇ? ਤਾਂ ਬਹੁਤ ਵਧੀਆ ਉਪਰਾਲਾ ਜੀ, ਸ਼ੋਅ ਕਮੇਟੀ ਦਾ ਜਿਹੜੇ ਕਰਾ ਰਹੇ ਆ ਜੀ, ਸਭ ਨਿਸ਼ਾਨ ਹਰੀ ਬਾਈ ਮੌੜ ਸਾਹਿਬ, ਹਰੀ ਬਾਈ ਪਿੰਦਰ ਹਰੀ ਆ, ਅਤੇ ਬਹੁਤ ਵਧੀਆ ਇਹ ਕੰਮ ਕਰ ਰਹੇ ਨੇ। ਅਤੇ ਜਿਹੜਾ ਘੋੜਿਆਂ ਪਾਲਣ ਵਾਲਿਆਂ ਦੀ ਬਹੁਤ ਵੱਡੀ ਡਿਮਾਂਡ ਸੀਗੀ ਵੀ ਮਾਘੀ ਦੇ ਮੇਲੇ 'ਤੇ ਜਿਹੜਾ ਸ਼ੋਅ ਹੋਵੇ, ਕਿਉਂਕਿ ਇੱਥੇ ਆਲ ਇੰਡੀਆ ਦੇ ਜਿਹੜੇ ਹਾਰਸ ਜਿਹੜੇ ਲਵਰ ਆ ਉਹ ਆ ਰਹੇ ਆ, ਅਤੇ ਆਪਦੇ ਉਹ ਜਾਨਵਰ ਤਕਰੀਬਨ ਇੱਥੇ ਜਿਹੜੇ ਚੰਗੇ ਜਾਨਵਰ ਉਹ ਲੈ ਕੇ ਆਉਂਦੇ ਆਪਦੇ ਸ਼ੋਅ ਵਾਸਤੇ, ਅਤੇ ਨਾਲ ਉਹਨਾਂ ਨੂੰ ਇੱਕ ਸ਼ੋਅ ਮਿਲ ਰਿਹਾ ਜੀ, ਜਿਹਦੇ ਵਿੱਚ ਉਹ ਬੈਨੀਫਿਟ ਇਹ ਹੈ ਵੀ ਕੁਛ ਇਨਾਮ ਹੈ, ਇਨਾਮ ਵੀ ਵਧੀਆ, ਜਾਂ ਲੋਕ ਪਬਲਿਕ ਜਿਹੜੀ ਦੇਖਣ ਵਾਲੀ ਸ਼ੋਅ ਹੈ ਉਹ ਵੀ ਬਹੁਤ, ਤੁਹਾਨੂੰ ਵੇਖਿਆ ਹੋਣਾ ਤੁਸੀਂ ਉੱਥੇ ਬਹੁਤ ਕਰਾਊਡ ਸੀਗਾ, ਅਤੇ ਕਰਾਊਡ ਵੀ ਬਹੁਤ ਅੱਛਾ ਮਿਲਦਾ ਜੀ ਘੋੜੇ ਪਾਲਣ ਵਾਲਿਆਂ ਨੂੰ। ਅਤੇ ਪਹਿਲਾਂ ਸ਼ੋਅ ਹੁੰਦਾ ਸੀਗਾ ਜਿਹੜਾ, ਉਸ ਤੋਂ ਬਾਅਦ ਕਾਫੀ ਲੰਬਾ ਅਰਸਾ ਪੈ ਗਿਆ, ਕੀ ਮੰਨਦੇ ਹੋ ਉਹਨਾਂ ਕੋਲ? ਅਸਲ 'ਚ ਜਦੋਂ ਕਾਂਗਰਸ ਸਰਕਾਰ ਆ ਗਈ ਨਾ ਜੀ, ਇਹਨਾਂ ਨੇ ਜਿਹੜਾ ਅੱਡ ਅੱਡ ਸ਼ੋਅ ਸ਼ਹਿਰਾਂ ਦੇ ਵਿੱਚ ਕਰਤਾ, ਅਤੇ ਹਾਲਾਂਕਿ ਜਿਹੜਾ ਮੇਲਾ ਮਾਘੀ ਦੇ ਵਿੱਚ ਜਿਹੜੇ ਸ਼ੋਅ ਹੁੰਦੇ ਆ ਆਲ ਲਵਰਸ ਜਿਹੜੇ ਹਾਰਸ ਦੇ ਉਹ ਇੱਥੇ ਆਉਂਦੇ ਆ, ਅਤੇ ਉਹਨਾਂ ਦੀ ਇਹੀ ਡਿਮਾਂਡ ਸੀ, ਸਰਕਾਰ ਨੂੰ ਵੀ ਪਹਿਲਾਂ ਉਹਨਾਂ ਨੇ ਅਪੀਲ ਕੀਤੀ ਸੀ ਵੀ ਜਿਹੜਾ ਸ਼ੋਅ ਅੱਡ ਅੱਡ ਹੋਰ ਪਾਸੇ ਨਾ ਲੈ ਕੇ ਜਾਓ, ਤੁਸੀਂ ਇਸੇ ਸ਼ਹਿਰ 'ਚ ਰੱਖੋ ਮਾਘੀ ਦੇ ਮੇਲੇ ਵੇਲੇ, ਪਰ ਉਹ ਸਰਕਾਰ ਨੇ ਉਸ ਟਾਈਮ ਉਹ ਨਹੀਂ ਮੰਨੀ, ਅਤੇ ਉਹਨਾਂ ਨੇ ਜੋ ਮੇਲਾ ਉਹ ਖੁਦਰ ਬੁਦਰੀ ਕਰਤਾ ਜੀ ਸਾਰਾ ਜਿਹੜਾ ਸ਼ੋਅ ਸੀ। ਕਾਫੀ ਲੰਬੇ ਸਮੇਂ ਬਾਅਦ ਜਿਹੜਾ ਹੈਗਾ ਮੁਕਤਸਰ 'ਚ ਅਰੇਂਜ ਕੀਤਾ ਗਿਆ ਇਹ ਘੋੜ ਮੇਲੇ ਦਾ। ਇਹ ਜੀ ਬੜੇ ਲੰਬੇ ਟਾਈਮ ਤੋਂ ਨਾ, ਜਿਹੜਾ ਅੱਗੇ ਪਹਿਲਾਂ ਸ਼ੋਅ ਸੀ ਹੁੰਦਾ ਸੀ ਮੁਕਤਸਰ ਗੌਰਮੈਂਟ ਕਾਲਜ ਹੁੰਦਾ ਸੀਗਾ, ਉਹ 5-4 ਸਾਲ ਤੋਂ ਬੰਦ ਸੀਗਾ। ਐਸੀ ਕਮੇਟੀ ਨੇ ਬੜੇ ਮੁੰਡਿਆਂ ਦੇ ਸਹਿਯੋਗ ਦੇ ਨਾਲ ਸ਼ੋਅ ਕਰਵਾਇਆ। ਇੱਕ ਸ਼ੋਅ ਦੇ ਵਿੱਚ ਵੱਡੀ ਗੱਲ ਇਹ ਹੈ ਵੀ ਮੇਲੇ ਦੇ ਵਿੱਚ ਸ਼ੋਅ ਹੈ। ਅੱਗੇ ਗੌਰਮੈਂਟ ਕਾਲਜ ਸ਼ੋਅ ਹੁੰਦਾ ਸੀ, ਪਾਸੇ ਹੁੰਦਾ ਸੀ, ਇੱਥੇ ਲੋਕਾਂ ਨੂੰ ਵੇਖਣ ਜਾਣਾ ਬੜਾ ਔਖਾ ਸੀਗਾ। ਐਤਕੀ ਲੋਕ ਇੱਥੇ ਪੂਰਾ ਆਪਦਾ ਮਨੋਰੰਜਨ ਕਰ ਰਹੇ ਹੈ, ਸ਼ੋਅ ਵੇਖ ਰਹੇ ਹੈ, ਇਹੋ ਜਿਹੇ ਸ਼ੋਅ ਹੋਣੇ ਚਾਹੀਦੇ ਹੈ। ਤੁਹਾਡੀ ਵਿਛੇੜੀ ਜਿਹੜੀ ਹੈਗੀ ਪਹਿਲਾ ਸਥਾਨ ਉਹਨੇ ਹਾਸਲ ਕੀਤਾ ਹੈਗਾ, ਕੀ ਹੈ, ਕਿੰਦੀ ਬੇਟੀ ਆ, ਜੇ ਕਿਸ ਤਰ੍ਹਾਂ ਸਾਰਾ ਦੱਸੋਗੇ? ਇਹ ਭਾਈ ਸਾਹਿਬ ਬੇਤਾਬ ਘੋੜੇ ਦੀ ਬੱਚੀ ਹੈ, ਉਮਰ ਇਹਦੀ 1.5 ਸਾਲ ਹੈ। ਕਿਹੜੇ ਮੁਕਾਬਲੇ 'ਚ ਹਿੱਸਾ ਲਿਆ ਸੀ? ਇਹ ਦੁੱਧਾਂ ਦੇ ਵਿੱਚ ਫਸਟ ਪੋਜੀਸ਼ਨ ਹਾਸਲ ਕੀਤੀ ਇਹਨੇ।